ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਹਾਲਾਤ ਹੁਣ ਬਣੇ ਪਏ ਨੇ ਨਾ, ਇੱਕ ਪਾਸੇ ਮਹਾਂਮਾਰੀ ਦੀ ਮਾਰ ਪਈ ਹੈ, ਦੂਜੇ ਪਾਸੇ ਜਿੰਨਾ ਵੀ ਨਾਸਤਿਕ ਲਾਉਣਾ ਹੈ ਇਹ ਗੁਰੂ ਘਰਾਂ ਦੇ ਕਟਾਕਸ਼ ਕਰ ਰਿਹਾ। ਸੋ ਅਸੀਂ ਉਹਨਾਂ ਵੱਲ ਧਿਆਨ ਨਾ ਦੇਈਏ, ਕਿਉਂਕਿ ਇਹਨਾਂ ਬਾਰੇ ਗੁਰਬਾਣੀ ਨੇ ਪਹਿਲਾਂ ਫਰਮਾਨ ਦਿੱਤਾ ਕਿ ਕਬੀਰ ਰਾਤੀ ਹੋਵੇ ਕਾਰੀਆਂ ਕਾਰੇ ਉਭੇ ਜੰਤ, ਲੈ ਫਾਹੇ ਉੱਠ ਧਾਵ ਤੇ ਸੇ ਜਿਨ ਮਾਰੇ ਭਗਵੰਤ। ਕਿਉਂਕਿ ਸਾਇੰਸ ਵੀ ਇਹਨੂੰ ਡਾਰਕ ਏਜ ਮੰਨਦੀ ਹੈ। ਜਿਹੜੇ ਸਕਾਲਰਸ ਨੇ, ਹਿਸਟੋਰੀਅਨਸ ਨੇ, ਉਹ ਸਾਰੇ ਇਹ ਜਿਹੜਾ ਸਮਾਂ ਡਾਰਕ ਏਜ ਮੰਨਦੇ ਨੇ। ਅਤੇ ਇਸ ਡਾਰਕ ਏਜ ਬਾਰੇ ਕਬੀਰ ਸਾਹਿਬ ਕਹਿੰਦੇ ਨੇ ਕਿ ਇਹ ਇਸ ਤਰ੍ਹਾਂ ਦਾ ਸਮਾਂ ਹੈ ਵੀ ਜਿਵੇਂ ਕਾਲਾ ਕਮਰਾ ਹੋਵੇ, ਹਨੇਰੇ ਦਾ ਭਰਿਆ ਹੋਵੇ, ਉਹ 'ਚ ਕਾਲੇ ਹੀ ਜੰਤ ਕਹਿ ਲਓ ਜਾਂ ਕਾਲੇ ਬੰਦੇ ਕਹਿ ਲਓ, ਕਾਲੇ ਕੱਪੜਿਆਂ 'ਚ ਬੰਦੇ ਕਹਿ ਲਓ, ਮਤਲਬ ਰੰਗ ਨੂੰ ਮੈਚ ਕਰਦੇ, ਗਲਾਂ ਦੇ ਵਿੱਚ ਕਾਲੇ ਉਹਨਾਂ ਪਟੇ ਰੱਸੀਆਂ ਪਈਆਂ ਹੋਣ, ਅਤੇ ਉਹ ਹਨੇਰੇ 'ਚ ਇੰਨਾ ਜ਼ਿਆਦਾ ਹੋਵੇ ਕਿ ਹਲਕਾ ਜਿਹਾ ਕੁਛ ਨਜ਼ਰ ਨਾ ਆਉਂਦਾ ਹੋਵੇ। ਅਤੇ ਜੋ ਵੀ ਯਤਨ ਕਰਨਗੇ, ਲੈ ਫਾਹੇ ਉੱਠਤਾ ਉਹਦੇ, ਜਦ ਭੱਜਣ ਦਾ ਯਤਨ ਕਰਨਗੇ ਤਾਂ ਉਹਨਾਂ ਗਲੇ ਹੋਰ ਘੁੱਟੇ ਜਾਣਗੇ, ਮੌਤ ਦਾ ਕਾਰਨ ਬਣੇਗਾ। ਸੋ ਜੋ ਵੀ ਇਹ ਕਰ ਰਹੇ ਨੇ, ਜੋ ਵੀ ਸਾਇੰਸ ਕਰ ਰਹੀ ਹੈ, ਇਹ ਯਤਨ ਤਾਂ ਕਰ ਰਹੀ ਹੈ ਪ੍ਰਗਤੀ ਦੇ, ਪਰ ਉਸ ਵਿਕਾਸ ਦੇ ਵਿੱਚੋਂ ਵਿਨਾਸ਼ ਪੈਦਾ ਹੋ ਰਿਹਾ ਹੈ। ਸੈਕਿੰਡ ਵਰਲਡ ਵਾਰ ਤੋਂ ਬਾਅਦ ਇਹਨਾਂ ਜਿਹੜੇ ਕੈਮੀਕਲ ਬਚ ਗਏ ਸੀਗੇ, ਉਹ ਕੈਮੀਕਲ ਇਹਨਾਂ ਨੇ ਖੇਤੀ ਵਧਾਉਣ ਵਾਸਤੇ ਐਂਟੀਸਾਈਜ਼ ਪੈਸਟੀਸਾਈਜ਼ ਤਿਆਰ ਕਰਤੇ, ਉਹਦੇ ਨਾਲ ਕੀ ਹੋਇਆ, ਜ਼ਮੀਨਾਂ 'ਚ ਕੈਂਸਰ ਫੈਲ ਗਿਆ, ਪਾਣੀ ਥੱਲੇ ਚਲਾ ਗਿਆ। ਸੈੱਲਫੋਨ ਬਣਾਏ ਸਾਡੀ ਸਹੂਲਤ ਵਾਸਤੇ, ਪਰ ਕੈਂਸਰ ਵੱਧ ਗਿਆ, ਪੰਛੀ ਮਰ ਰਹੇ ਨੇ ਜਿਉਂ ਜਿਉਂ ਇਹਨਾਂ ਦੀ ਰੇਂਜ ਵੱਧ ਰਹੀ ਹੈ, ਜਿਉਂ ਫ੍ਰੀਕੁਐਂਸੀ ਵੱਧ ਰਹੀ ਹੈ। ਜਿੰਨੀਆਂ ਦਵਾਈਆਂ ਬਣਾਈਆਂ ਨੇ ਸਾਇੰਸ ਨੇ, ਮੈਡੀਕਲ ਸਾਇੰਸ ਨੇ, ਉਹ ਦਵਾਈਆਂ ਦੇ ਨਾਲ ਨਾਲ ਜਿਹੜੇ ਸਾਈਡ ਇਫੈਕਟ ਚੱਲਦੇ ਆ ਰਹੇ ਨੇ, ਜੇ ਇੱਕ ਸਰੀਰ ਦੇ ਇਸ ਨੂੰ ਫਾਇਦਾ ਕਰਦੀ ਹੈ ਤਾਂ ਬਾਕੀ ਸਰੀਰ ਨੂੰ ਨੁਕਸਾਨ ਕਰਦੀ ਹੈ। ਜੇ ਨਿਊਕਲੀਅਰ ਦੀ ਖੋਜ ਕੀਤੀ ਤਾਂ ਉਹਦੇ ਬੰਬ ਬਣਾ ਤੇ ਬਜਾਏ ਕਿ ਉਹਦੀ ਐਨਰਜੀ ਬਣਾਈ ਜਾਵੇ। ਸੋ ਇਹ ਡਾਰਕ ਏਜ ਹਨੇਰੇ ਦੇ ਵਿੱਚ ਨੇ, ਸਾਇੰਸ ਅਜੇ ਜਿਹੜੀ ਹੈ ਬਹੁਤ ਹਨੇਰੇ ਦੇ ਵਿੱਚ ਹੈ। ਅਜੇ ਤਾਂ ਇਹਨਾਂ ਨੂੰ ਇਹੋ ਹੀ ਨਹੀਂ ਸਮਝ ਆਈ ਕਿ ਜਿਹੜੇ ਪਿਰਾਮਿਡਸ ਬਣੇ ਨੇ ਉਹ ਜ਼ੀਰੋ ਗ੍ਰੈਵਿਟੀ ਕਿਵੇਂ ਪੈਦਾ ਕੀਤੀ ਅਤੇ ਜਿਹੜੇ ਸਟੋਨ ਚੁੱਕ ਕੇ ਰੱਖੇ ਕਿੱਦਾਂ ਇਹਨਾਂ ਨੇ। ਅਜੇ ਤਾਂ ਜੋ ਜਿਹਨਾਂ ਨੂੰ ਅਸੀਂ ਪੱਥਰੇ 'ਚ ਕਹਿੰਦੇ ਹਾਂ, ਪੁਰਾਣਾ ਸਮਾਂ ਕਹਿੰਦੇ ਹਾਂ ਅਸੀਂ, ਜਾਂ ਬੈਕ ਏਜਿਸ ਕਹਿੰਦੇ ਹਾਂ, ਉਹਨਾਂ ਦੇ ਜਿਹੜੇ ਹੋਏ ਕੰਮ ਸਾਇੰਸ ਅਜੇ ਉਹ ਹੀ ਨਹੀਂ ਸਮਝ ਪਾ ਰਹੇ। ਅਗਾਂਹ ਦੇ ਇਹਨਾਂ ਖੁਦ ਕੀ ਕਰਨਾ ਹੈ। ਸੋ ਇਹ ਜੋ ਕਰੋਨਾ ਫੈਲਿਆ, ਇਹ ਕਿਸੇ ਗੁਰੂ ਘਰ 'ਚੋਂ ਨਹੀਂ ਆਇਆ, ਕਿਸੇ ਮੰਦਰ 'ਚੋਂ ਨਹੀਂ ਆਇਆ, ਇਹ ਕਿਸੇ ਚਰਚ ਕਿਸੇ ਮਸਜਿਦ 'ਚੋਂ ਨਹੀਂ ਆਇਆ, ਇਹ ਕਿਸੇ ਧਾਰਮਿਕ ਕਿਰਿਆ ਦੀ ਪ੍ਰਤੀਕਿਰਿਆ ਨਹੀਂ ਹੈ, ਇਹ ਮੈਡੀਕਲ ਦਾ ਫਾਲਟ ਹੈ, ਇਹ ਸਾਇੰਸ ਦਾ ਫਾਲਟ ਹੈ, ਇਹ ਮੈਡੀਕਲ ਸਾਇੰਸ ਦਾ ਫੇਲੀਅਰ ਹੈ, ਜਾਂ ਸਾਇੰਟਿਫਿਕ ਰਿਸਰਚ ਦਾ ਫੇਲੀਅਰ ਹੈ, ਜਾਂ ਲੋਭ ਇਹਨਾਂ ਦਾ, ਚਾਈਨਾ ਦਾ ਲੋਭ ਹੋ ਸਕਦਾ ਹੈ ਵਰਲਡ ਮਾਰਕੀਟ ਦੇ ਉੱਤੇ ਆਪਣੀ ਜਿਹੜਾ ਕਬਜ਼ਾ ਕਰਨ ਦਾ। ਸੋ ਇਹ ਜੋ ਮਹਾਂਮਾਰੀ ਫੈਲੀ, ਧਰਮ ਨਾਲ ਤਾਂ ਕੋਈ ਲੈਣ ਦੇਣ ਨਹੀਂ, ਜਦ ਪਰਮੇਸ਼ਰ ਨੇ ਬੰਦਾ ਬਣਾਇਆ ਤਾਂ ਉਹਨੂੰ ਬੁੱਧੀ ਤਾਂ ਦਿੱਤੀ ਨਾ, ਜਿੰਨੇ ਨਾਸ ਦੇ ਕਾਮਰੇਡ ਨੇ, ਇਹ ਸਾਰੇ ਅਕਲ ਦੀ ਗੱਲ ਕਰਦੇ ਹਾਂ, ਜੇ ਅਕਲ ਦਿੱਤੀ ਬੰਦੇ ਨੂੰ ਤਾਂ ਉਸ ਅਕਲ ਦੀ ਵੱਧ ਅਕਲੀ ਕਰਕੇ ਇਹਨੇ ਆਪਣਾ ਨੁਕਸਾਨ ਕੀਤਾ ਹੈ। ਬੰਦੂਕ ਤੇ ਚੋਰ ਕੋਲ ਵੀ, ਬੰਦੂਕ ਤੇ ਸਿਪਾਹੀ ਕੋਲ ਵੀ, ਇਹ ਗੱਲ ਤਾਂ ਅਕਲ ਦੀ ਹੈ। ਸੋ ਇਹਨਾਂ ਦੀ ਅਕਲ ਦੇ ਨਾਲ ਨੁਕਸਾਨ ਹੋਇਆ ਹੈ, ਅਤੇ ਇਹ ਜਿਹੜੇ ਧਰਮ ਦਾ ਮਜ਼ਾਕ ਬਣਾ ਰਹੇ ਨੇ, ਸੋ ਇਹ ਬਹਾਨੇ ਲੱਭਦੇ ਨੇ, ਅਸੀਂ ਇਹਨਾਂ 'ਚ ਉਲਝਣਾ ਨਹੀਂ ਹੈ, ਸਿਰਫ ਅਰਦਾਸ ਕਰੀਏ, ਪ੍ਰੇਅਰ ਕਰੀਏ, ਕਿਉਂਕਿ ਇਹ ਜੋ ਸਮਾਂ, ਇਹ ਅਕਲ ਦੇ ਮਾਰੇ ਹੋਏ ਲੋਕ ਨੇ,
ਲੈ ਫਾਹੇ ਉੱਠਤਾ ਆਪਤੇ ਸੇ ਜਿਨ ਮਾਰੇ ਭਗਵੰਤ। ਉਹ ਫਾਹੇ ਲੈ ਕੇ ਉੱਠ ਕੇ ਭੱਜ ਪੈਂਦੇ ਨੇ ਜਦੋਂ ਭੱਜਦੇ ਨੇ, ਜਿਹਨਾਂ ਦੇ ਸੇ ਜਿਨ ਮਾਰੇ ਭਗਵੰਤ, ਜਿਹਨੇ ਪਰਮੇਸ਼ੁਰ ਜਿਹਨਾਂ ਦੀ ਮੱਤ ਮਾਰਤੀ ਹੈ, ਜਿਹੜੇ ਬਦ ਅਕਲ ਹੋ ਚੁੱਕੇ ਹਨ, ਜਿਹੜੇ ਮੂਰਖ ਹੋ ਚੁੱਕੇ ਨੇ, ਉਹ ਜਦ ਫਾਹੇ ਲੈ ਕੇ ਭੱਜਦੇ ਨੇ ਤਾਂ ਉਹ ਗਲ ਘੁੱਟੇ ਜਾਂਦੇ ਉਹਨਾਂ ਦੇ। ਸੋ ਇਹ ਜਿੰਨੇ ਵੀ ਗੁਰੂ ਘਰਾਂ ਦੇ ਕਟਾਕਸ਼ ਕਰ ਰਹੇ ਨੇ, ਜਿੰਨੇ ਵੀ ਲੰਗਰਾਂ ਦਾ ਮਜ਼ਾਕ ਉਡਾ ਰਹੇ ਨੇ, ਇਹ ਉਹੀ ਜੰਤ ਨੇ ਜਿਹੜੇ ਲੈ ਫਾਹੇ ਉੱਠਦਾ ਹੋਵੇ, ਕਿਉਂਕਿ ਪਰਮੇਸ਼ੁਰ ਨੇ ਇਹਨਾਂ ਦੀ ਮੱਤ ਮਾਰੀ ਹੋਈ ਹੈ। ਸੋ ਜਿੰਨਾ ਦੌੜਨਗੇ ਉਨਾ ਹੀ ਧੁਨ ਖਿੱਚੀ ਜਾਏਗੀ ਇਹਨਾਂ ਦੀ। ਜਿੰਨੀ ਸਾਇੰਸ ਜਦੋ ਜਦ ਕਰੇਗੀ ਪ੍ਰਗਤੀ ਵਾਸਤੇ, ਉਨਾ ਹੀ ਇਹ ਕੁਦਰਤ ਦਾ ਨੁਕਸਾਨ ਕਰੇਗੀ, ਉਨਾ ਹੀ ਨੇਚਰ ਦਾ ਨੁਕਸਾਨ ਕਰੇਗੀ, ਉਨਾ ਹੀ ਡਿਸਟ੍ਰੈਕਸ਼ਨ ਫੈਲੇਗੀ, ਉਨਾ ਹੀ ਇਹ ਮੌਤ ਦੇ ਕਰੀਬ ਜਾਏਗੀ। ਦੁਨੀਆ ਆਪਣੇ ਆਪ ਨੂੰ ਆਪ ਖਤਮ ਕਰੇਗੀ। ਪਰਮੇਸ਼ੁਰ ਨੇ ਅਕਲ ਦੇ ਕੇ ਭੇਜਿਆ, ਬਦ ਅਕਲ ਇਨਸਾਨ ਨਹੀਂ ਭੇਜਿਆ। ਹਾਂ ਦੀਪ ਕੂਵੇਂ ਭਰੇ ਕਾਹੇ ਕੀ ਕੁਸ਼ਲਾਤ, ਪਤਾ ਤਾਂ ਹੈ ਤੈਨੂੰ ਸਾਰਾ, ਪਰ ਜੇ ਬੰਦਾ ਜਾਣ ਬੁੱਝ ਕੇ ਖੂਹ 'ਚ ਡਿੱਗੇ ਆਪਣੇ ਲਾਲਚ ਕਰਕੇ, ਆਪਣੇ ਲੋਭ ਕਰਕੇ, ਨੁਕਸਾਨ ਕਿਹਦਾ ਹੈ? ਸੋ ਇਸ ਕਰਕੇ ਇਹਨਾਂ ਦਾ ਗੁੱਸਾ ਕਰਨ ਦੀ ਲੋੜ ਨਹੀਂ। ਜਿਹੜੇ ਵੀ ਗਾਲਾਂ ਕੱਢਦੇ ਨੇ, ਗਾਲਾਂ ਨਾ ਕੱਢੋ, ਇਹ ਪਰਮੇਸ਼ੁਰ ਦੇ ਮਾਰੇ ਹੋਏ ਨੇ, ਇਹਨਾਂ 'ਤੇ ਤਰਸ ਕਰੋ, ਇਹਨਾਂ ਵਾਸਤੇ ਅਰਦਾਸ ਕਰੋ। ਸੋ ਜਿਹੜੇ ਵੀ ਮੇਰੇ ਵੀਰ ਗਾਲਾਂ ਕੱਢਦੇ ਨੇ ਇਹਨਾਂ ਨੂੰ, ਜਾਂ ਮੰਦਾ ਚੰਗਾ ਬੋਲਦੇ ਨੇ, ਉਹ ਮੰਦਾ ਚੰਗਾ ਨਾ ਬੋਲੋ, ਇਹਨਾਂ ਨੂੰ ਇਗਨੋਰ ਕਰੋ, ਕਿਉਂਕਿ ਜਿੰਨਾ ਤੁਸੀਂ ਇਹਨਾਂ ਨੂੰ ਨੋਟਿਸ ਕਰੋਗੇ ਇਹ ਓਨੇ ਹੀ ਪ੍ਰਮੋਟ ਹੋਣਗੇ। ਸੋ ਇਗਨੋਰ ਕਰੋ ਅਤੇ ਇਹਨਾਂ ਵਾਸਤੇ ਅਰਦਾਸ ਕਰੋ ਕਿ ਸਤਿਗੁਰੂ ਇਹਨਾਂ ਨੂੰ ਵੀ ਥੋੜ੍ਹੀ ਅਕਲ ਦੇ, ਤਾਂ ਕਿ ਇਹਨਾਂ ਆਪਣੇ ਜਿਹੜੇ ਗਲੇ ਦੇ ਫਾਹੇ ਨੇ ਉਹ ਨਜ਼ਰ ਆਉਣ ਅਤੇ ਉਹਨੂੰ ਖੋਲ੍ਹ ਕੇ ਅਤੇ ਸੁੱਖ ਦਾ ਸਾਹ ਲੈ ਸਕਣ। ਸੋ ਇਸ ਡਾਕੇ ਜੇ ਵਿੱਚ ਜੋ ਵੀ ਸਾਇੰਸ ਕਰੇਗੀ, ਜੋ ਵੀ ਤਰੱਕੀ ਹੋਏਗੀ, ਉਹਦਾ ਨੁਕਸਾਨ ਹੀ ਹੋਏਗਾ। ਜੇ ਜਹਾਜ਼ ਬਣਾਏ ਨੇ ਤਾਂ ਮੌਤਾਂ ਵੀ ਤਾਂ ਵਧੀਆਂ ਨੇ, ਕ੍ਰਾਈਸਿਸ ਵਧੇ ਨੇ, ਓਜ਼ੋਨ ਲੇਅਰ ਦਾ ਨੁਕਸਾਨ ਕੀਤਾ ਹੈ, ਕੁਦਰਤ ਦਾ ਨੁਕਸਾਨ ਕੀਤਾ ਹੈ। ਸੋ ਹਰ ਇਨਵੈਂਸ਼ਨ ਜਿਹੜੀ ਸਾਇੰਸ ਦੀ ਹੋਈ ਹੈ ਜਾਂ ਮੈਡੀਕਲ ਦੀ ਹੋਈ ਹੈ, ਉਹਦੇ ਨਾਲ ਨਾਲ ਬਰਾਬਰ ਨੁਕਸਾਨ ਵੀ ਹੋਇਆ ਹੈ। ਐਸਾ ਕੋਈ ਕੰਮ ਨਹੀਂ ਕੀਤਾ ਸਾਇੰਸ ਨੇ ਜਿਹਦੇ 'ਚ ਨੁਕਸਾਨ ਨਾ ਹੋਵੇ। ਸੋ ਜੇ ਅਸੀਂ ਸਾਇੰਸ ਦੇ ਫਾਇਦੇ ਵੀ ਅਸੀਂ ਲੈ ਰਹੇ ਹਾਂ ਤਾਂ ਨੁਕਸਾਨ ਤਾਂ ਸਾਨੂੰ ਝੱਲਣੇ ਪੈਣੇ ਨੇ ਸਾਇੰਸ ਦੇ। ਜੇ ਫੋਨ ਅਸੀਂ ਯੂਜ਼ ਕਰ ਰਹੇ ਹਾਂ, ਪਲੇਨ ਅਸੀਂ ਯੂਜ਼ ਕਰ ਰਹੇ ਹਾਂ, ਜਾਂ ਇੰਟਰਨੈਟ ਯੂਜ਼ ਕਰ ਰਹੇ ਹਾਂ, ਜੋ ਵੀ ਅਸੀਂ ਯੂਜ਼ ਕਰ ਰਹੇ ਹਾਂ, ਉਹਦੇ ਜਿਹੜੇ ਨੈਗੇਟਿਵ ਇਫੈਕਟ ਹੋਣਗੇ ਵੀ ਤਾਂ ਅਸੀਂ ਲੈਣੇ ਨਾ, ਫਿਰ ਉਹ ਕੌਣ ਲਏਗਾ? ਸੋ ਇਸ ਕਰਕੇ ਸਾਨੂੰ ਹੀ ਚੱਲਣੇ ਪੈਣਗੇ। ਬਸ ਸਤਿਗੁਰ ਅੱਗੇ ਅਰਦਾਸ ਕਰੋ ਵੀ ਇਹਨਾਂ ਜਿਹੜੇ ਜਿਨ੍ਹਾਂ ਦੀ ਮੱਤ ਪਰਮੇਸ਼ੁਰ ਨੇ ਮਾਰੀ, ਇਹਨਾਂ ਨੂੰ ਅਕਲ ਦੇਵੇ, ਇਹਨਾਂ ਨੂੰ ਸਮਾਧ ਦੇਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।